ਹਾਂਜੀ ਗੁੱਡ ਆਫਟਰਨੂਨ ਸਟੂਡੈਂਟਸ ਇੱਕ ਇੰਪੋਰਟੈਂਟ ਚੀਜ਼ ਡਿਸਕਸ ਕਰਨੀ ਆਪਾਂ ਨੇ ਬੇਟਾ ਕਿ ਜਿਹੜੀ ਆਬਜੈਕਸ਼ਨਸ ਮੰਗੀਆਂ ਹੋਈਆਂ ਆ ਡਿਪਾਰਟਮੈਂਟ ਨੇ ਆਬਜੈਕਸ਼ਨਸ ਗਈਆਂ ਹੋਈਆਂ ਨਾ ਸਾਰਿਆਂ ਨੂੰ ਕਿ ਆਬਜੈਕਸ਼ਨਸ ਫਿਲ ਅਪ ਕਰੋ ਤਾਂ ਉਹ ਕਿਵੇਂ ਫਿਲ ਕਰਨੀਆਂ ਇਹ ਚ ਸਟੂਡੈਂਟਸ ਨੂੰ ਬਹੁਤ ਡਾਊਟ ਹੈ ਬਹੁਤ ਜ਼ਿਆਦਾ ਮੈਨੂੰ ਮੈਸੇਜ ਆ ਰਹੇ ਨੇ ਕਿ ਸਰ ਦੱਸੋ ਜੀ ਕਿਵੇਂ ਆਬਜੈਕਸ਼ਨਸ ਫਿਲ ਕਰਨੀਆਂ ਤਾਂ ਧਿਆਨ ਨਾਲ ਸੁਣ ਲੋ ਬੇਟਾ ਬਹੁਤ ਜ਼ਿਆਦਾ ਜ਼ਰੂਰੀ ਆ ਹਰ ਇੱਕ ਕੋ ਦੇ ਲਈ ਕੁਝ ਮੈਂ ਵੀਡੀਓਜ਼ ਦੇਖੀਆਂ ਉਹਨਾਂ ਨੇ ਪ੍ਰੋਪਰ ਵੇ ਨਾਲ ਤੁਹਾਨੂੰ ਗਾਈਡ ਨਹੀਂ ਕੀਤਾ ਹੋਇਆ ਧਿਆਨ ਨਾਲ ਸੁਣ ਲੋ ਜੀ ਆਬਜੈਕਸ਼ਨਸ ਕਿਉਂ ਤੁਹਾਡੀਆਂ ਕਦੋਂ ਕਿਵੇਂ ਮੰਨੀਆਂ ਜਾਣੀਆਂ ਠੀਕ ਹੈ ਇਹਦੇ ਲਈ ਦੇਖੋ ਸਭ ਤੋਂ ਪਹਿਲਾਂ ਤੁਸੀਂ ਆਪਣਾ ਲੌਗਇਨ ਆਈਡੀ ਤੇ ਲੌਗ ਆਪਣਾ ਉਹ ਕਰ ਲੈਣਾ ਹੈ ਲੌਗਇਨ ਕਰ ਲਿਆ ਤੁਹਾਨੂੰ ਲੌਗਇਨ ਦਾ ਸਾਰਾ ਇਹਨਾਂ ਨੂੰ ਪਤਾ ਹੋਣਾ ਹੈ ਇਹਦੇ 'ਚ ਦੇਖੋ ਇੱਕ ਆਪਸ਼ਨ ਆਉਗੀ ਇਹਦੇ 'ਚ ਤੁਹਾਡੇ ਕੈਂਡੀਡੇਟ ਓਬਜੈਕਸ਼ਨ ਇਹਦੇ ਤੇ ਕਲਿੱਕ ਕਰਨਾ ਬੇਟਾ ਦੇਖੋ ਜਿਹੜੀ ਆ ਜਗ੍ਹਾ ਹੈ ਇਹਦੇ ਤੇ ਤੁਸੀਂ ਜਿਹੜਾ ਮੈਂ ਹਾਈਲਾਈਟ ਕੀਤਾ ਹੈ ਇਹਦੇ ਤੇ ਤੁਸੀਂ ਜਾ ਕੇ ਕਲਿੱਕ ਕਰਨਾ ਹੈ ਜਦੋਂ ਕਲਿੱਕ ਕਰੋਗੇ ਤਾਂ ਤੁਹਾਡਾ ਆ ਪੇਜ ਓਪਨ ਹੋ ਜਾਊਗਾ ਬੇਟਾ ਦੇਖੋ ਆ ਪੇਜ ਤੁਹਾਡਾ ਓਪਨ ਹੋ ਜਾਣਾ ਹੁਣ ਪਹਿਲੇ ਨੰਬਰ ਤੇ ਗੱਲ ਹੈ ਆਪਾਂ ਨੂੰ ਬੱਚੇ ਪੁੱਛਨੇ ਪਏ ਨੇ ਕਿ ਇੱਕ ਕੁਐਸਚਨ ਦੀ ਕਿੰਨੀ ਫੀਸ ਹੈ ਜੀ ਤਾਂ ਜਿੰਨੇ ਮਰਜ਼ੀ ਕੁਐਸਚਨ ਫਿਲ ਅਪ ਕਰ ਲਓ ਆ ਦੇਖੋ ਲਿਖਿਆ ਹੈ ਰੁਪੀਏ 50 50 will be paid online for submitting objection ਤਾਂ ਪਹਿਲਾਂ ਤਾਂ 50 ਰੁਪਏ ਫੀਸ ਹੈ ਜਿੰਨੀ ਮਰਜ਼ੀ ਚਾਹੇ 10 ਕੁਸ਼ਨਾਂ ਦੇ objections ਪਾ ਦੋ ਚਾਹੇ 15 ਦੀ ਪਾ ਦੋ ਠੀਕ ਹੈ ਜੀ ਐਨਰਪੇ ਫੀਸ ਹੈ ਪਹਿਲੀ ਗੱਲ ਠੀਕ ਹੈ ਦੂਸਰੀ ਫੀਸ ਜਿਹੜੀ ਹੈ ਹਮੇਸ਼ਾ ਇਹ ਆਨਲਾਈਨ ਪੇ ਹੋਣੀ ਹੈ ਆਨਲਾਈਨ ਕਿਦੇ ਦੁਆਰਾ ਜਾਂ ਤਾਂ ਤੁਹਾਡੇ ਕੋਲ ਕਾਰਡ ਹੋਵੇ ਤਾਂ ਪੇ ਹੋ ਜੂਗੀ ਜੇ ਕਾਰਡ ਨਹੀਂ ਹੈ ਤਾਂ ਤੁਹਾਡੇ ਕੋਲ ਨੈੱਟ ਬੈਂਕਿੰਗ ਹੋਣੀ ਚਾਹੀਦੀ ਹੈ ਤਾਂ ਪੇ ਹੋ ਜੂਗੀ ਮੈਂ ਪ੍ਰੈਫਰ ਕਰੂੰਗਾ ਕਿ ਤੁਸੀਂ ਕਾਰਡ ਨਾਲ ਪੇਮੈਂਟ ਕਰੋ ਠੀਕ ਹੈ ਜੀ ਦੋ ਗੱਲਾਂ ਹੋ ਗਈਆਂ ਤੀਸਰੀ ਗੱਲ ਹੈਗੀ ਹੈ ਤੁਸੀਂ ਪਹਿਲਾਂ ਸਾਰੀਆਂ ਆਬਜੈਕਸ਼ਨਸ ਫਿਲ ਕਰਨੀ ਹੈ ਫਿਰ ਪੇਮੈਂਟ ਕਰਨੀ ਹੈ ਠੀਕ ਹੈ ਇੱਥੇ ਵਰਡ ਉਹਨਾਂ ਨੇ ਲਿਖਿਆ ਹੀ ਹੋਇਆ ਬਕਾਇਦਾ ਕਿ ਸਾਰੀਆਂ ਆਬਜੈਕਸ਼ਨਸ ਪਹਿਲਾਂ ਪਾਓ ਤਾਂ ਪੇਮੈਂਟ ਕਰਨੀ ਹੈ ਹੁਣ ਬੇਟਾ ਆਬਜੈਕਸ਼ਨ ਪਾਣੀ ਕਿਵੇਂ ਹੈ ਉਹ ਧਿਆਨ ਨਾਲ ਸੁਣੋ ਜਿਹੜੀ ਜਲ ਲੱਗਾ ਹੋਵੇ ਜਿਆਦਾ ਗੁੱਲ ਦੇਖੋ ਇੱਥੇ ਨੇਮ ਤਾਂ ਆਟੋਮੈਟਿਕਲੀ ਤੁਹਾਡਾ ਉੱਥੋਂ ਹੀ ਆ ਜਾਣਾ ਜਦੋਂ ਤੁਸੀਂ ਆਬਜੈਕਸ਼ਨ ਬਟਨ ਕਲਿੱਕ ਕਰੋਗੇ ਰਜਿਸਟ੍ਰੇਸ਼ਨ ਨੰਬਰ ਵੀ ਆਟੋਮੈਟਿਕਲੀ ਆ ਜਾਣਾ ਤੇ ਇੱਥੇ ਤੁਸੀਂ ਸਬਜੈਕਟ ਵੀ ਲਗਰੂਗੇ ਤੇ ਕੁਦਲਤੀ ਜਿਹੜੀ ਮੈਂ ਚੱਕੀ ਉਹ ਹਿੰਦੀ ਵਾਲੇ ਦੀ ਚੱਕੀ ਆ ਤੁਸੀਂ ਇੱਥੇ ਆਪਣਾ ਜਿਹੜਾ ਤੇ ਜਦੋਂ ਕਲਿੱਕ ਕਰੋਗੇ ਤਾਂ ਤੁਹਾਡਾ ਆਪਣਾ ਜਿਹੜਾ ਜਿਹੜੀ ਮੈਥ ਆਪਸ਼ਨ ਹੈ ਮੈਂ ਮੈਥ ਦੇ ਬਾਰੇ ਦੱਸਦਾ ਹਾਂ ਬਾਕੀ ਸਾਰੇ ਇੱਕੋ ਜਿਹੇ ਨੇ ਜਿਹਦੀ ਮੈਥ ਦੀ ਆਪਸ਼ਨ ਪੇਪਰ ਦੀ ਓਬਜੈਕਸ਼ਨ ਪਾਣੀ ਇੱਥੇ ਮੈਥ ਪਾਊਗਾ ਇੱਥੇ ਰੋਲ ਨੰਬਰ ਵੀ ਆਟੋਮੈਟਿਕਲੀ ਆ ਜਨਾਂ ਬੇਟਾ ਹੁਣ ਮੇਨ ਗੱਲ ਆਂਦੀ ਹੈ ਜੀ ਤੇ ਜਦੋਂ ਜਿਹੜਾ ਇਹ ਕੁਐਸਚਨ ਦੀ ਤੁਸੀਂ ਓਬਜੈਕਸ਼ਨ ਪਾਣੀ ਹੈ ਪਹਿਲੇ ਨੰਬਰ ਤੇ ਧਿਆਨ ਰੱਖਣਾ ਹੈ ਤੁਸੀਂ ਜਿਹੜਾ ਤੁੜ ਨੂੰ ਬੁੱਕਲੇਟ ਮਿਲੀ ਆ ਉਹਦਾ ਹੀ ਕੋਡ ਇੱਥੇ ਪਾਣਾ ਜੀ ਜੇ ਤੁਹਾਡੇ ਕੋਲ ਮੰਨ ਲਓ ਏ ਪੇਪਰ ਦਾ ਕੋਡ ਏ ਪੇਪਰ ਦੀ ਅਨਸਰ ਕੀ ਆਈ ਸੀ ਏ ਏ ਪੇਪਰ ਜਿਹਾ ਤੁਹਾਡੇ ਕੋਲ ਕੁਐਸਚਨ ਪੇਪਰ ਤਾਂ ਏ ਦੀ ਉਹ ਇੱਥੇ ਆਪਸ਼ਨ ਚ ਪਾਣਾ ਜੇ ਤੁਹਾਡੇ ਕੋਲ ਬੀ ਪੇਪਰ ਸੀ ਇੱਥੇ ਬੀ ਪਾਣਾ ਜੇ ਤੁਸੀਂ ਪੇਪਰ ਕੁਝ ਹੋਰ ਹੋਵੇ ਤੇ ਕਿਸੇ ਹੋਰ ਕੋਡ ਦੀ ਆਬਜੈਕਸ਼ਨ ਪਾਤੀ दैट इज ਟੋਟਲੀ ਰੋਂਗ ਠੀਕ ਹੈ ਕਿਉਂਕਿ ਆਬਜੈਕਸ਼ਨ ਕਨਸੀਡਰੀਡ ਕੀਤੀ ਦੱਦ ਹੋਣੀ ਹੈ ਉਹਨਾਂ ਨੂੰ ਵੀ ਇਹ ਪਤਾ ਹੋਵੇ ਕਿ ਤੁਹਾਡੇ ਤੁਹਾਨੂੰ ਆਈਓ ਪੇਪਰ ਮਿਲਿਆ ਸੀ ਕੋਈ ਹੋਰ ਪੇਪਰ ਹੀ ਮਿਲ ਗਿਆ ਠੀਕ ਹੈ ਜੀ ਇੱਥੇ ਤਾਂ ਤੁਸੀਂ ਪਾਣੀ ਆਬਜੈਕਸ਼ਨਸ ਇੱਥੇ ਪਾਣਾ ਕੋਡ ਕਿਹੜਾ ਪੇਪਰ ਦਾ ਕੋਡ ਆਇਆ ਦੇਖੋ ਤੁਹਾਡੇ ਕੋਲ ਉਹੀ ਪੇਪਰ ਦਾ ਕੋਡ ਪਾਣਾ ਜਿਹੜਾ ਤੁਹਾਨੂੰ ਐਕਚੁਅਲ ਮਿਲੇ ਠੀਕ ਹੈ ਜੀ ਫਿਰ ਨੈਕਸਟ ਆ ਜਾਂਦਾ ਇੱਥੇ ਪਾਣਾ ਕੁਐਸਚਨ ਨੰਬਰ ਮੰਨ ਲਓ ਤੁਹਾਡੀ ਕੁਐਸਚਨ ਨੰਬਰ ਹੈ ਤੁਹਾਨੂੰ 20th ਕੁਐਸਚਨ ਹੈ ਇੱਥੇ ਤੁਸੀਂ 20th ਕੁਐਸਚਨ ਫਿਲ ਅਪ ਕਰ ਦੇਣਾ ਹੁਣ ਧਿਆਨ ਨਾਲ ਸੁਣੋ ਜਿਹੜੀ ਓਬਜੈਕਸ਼ਨ ਐਕਚੁਅਲ ਚ ਪੈਂਦੀ ਕਿਵੇਂ ਹੈ ਠੀਕ ਹੈ ਜੀ ਹੁਣ 20th ਕੁਐਸਚਨ ਦਾ ਮੰਨ ਲਓ ਸੀ ਆਨਸਰ ਉਹਨਾਂ ਨੇ ਡਿਪਾਰਟਮੈਂਟ ਨੇ ਜਿਹੜੀ ਆਨਸਰ ਕੀ ਕੱਢੀ ਉਹ ਚ ਸੀ ਆਨਸਰ ਹੈ ਬਟ ਥੋੜਾ ਸੀ ਆਨਸਰ ਨਹੀਂ ਹੈ ਤਾਂ ਤੁਸੀਂ ਇੱਥੇ ਜਿਹੜਾ கரੈਕਟ ਆਨਸਰ ਇਹਦੇ ਚ ਪਾਣਾ ਜੀ ਕਿ ਤੁਹਾਨੂੰ ਲੱਗਦਾ ਕਿ ਇਹਦਾ ਆਨਸਰ A ਹੈ ਕਿ B ਹੈ ਕਿ C ਹੈ ਕਿ D ਹੈ ਕਿ ਕੋਈ ਵੀ ਨਹੀਂ ਹੈ ਉੱਤੇ ਕਲਿੱਕ ਕਰਨਾ ਇਹ ਤਾਂ ਚਲੋ ਹਰ ਇੱਕ ਨੂੰ ਪਤਾ ਹੈ ਮੇਨ ਚੀਜ਼ ਜਿਹੜੀ ਜ਼ਰੂਰੀ ਹੈ ਬੇਟਾ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਹੈ ਆਹਾ ਇਹਦੇ ਚ ਬੇਟਾ ਜ਼ਰੂਰ ਲਿਖਣਾ ਤੁਸੀਂ ਉਸ ਕੁਐਸਚਨ ਦਾ ਰੈਫਰੈਂਸ ਜਿਵੇਂ ਮੰਨ ਲਓ ਇੱਕ ਆਇਆ ਹੋਇਆ ਸੀ ਤੁਹਾਡਾ ਮੈਥ ਦੇ ਵਿੱਚ ਤੁਹਾਨੂੰ ਯਾਦ ਹੋਵੇ ਬਾਈਨੋਮੀਅਲ ਕੋਫੀਸ਼ੀਐਂਟ ਦਾ ਕੁਐਸਚਨ ਆਇਆ ਹੋਇਆ ਚਲੋ ਉਹ ਤਾਂ ਉਹਨਾਂ ਨੇ ਮੇਰੇ ਖਿਆਲ ਨਾਲ ਪੂਰੇ ਨੰਬਰ ਚਲੋ ਆਹ ਕੁਐਸਚਨ ਆਇਆ ਹੋਇਆ ਸੌਰੀ ਤੁਹਾਨੂੰ ਆਇਆ ਹੋਇਆ ਇੱਕ ਲਗਰੈਂਜਿਜ਼ ਥੀਰਮ ਦਾ ਕੁਐਸਚਨ ਆਇਆ ਹੋਇਆ ਕੋਈ ਐਜਾ ਮੇਰੇ ਖਿਆਲ ਨਾਲ ਠੀਕ ਹੈ ਇਹਦਾ ਜਿਹੜਾ ਜਿਵੇਂ ਉਹਨਾਂ ਨੇ ਆਫੀਸ਼ੀਅਲੀ ਅਨਸਰ ਕੀ ਪਾਈ ਹੋਈ ਹੈ ਜਿਵੇਂ ਇੱਥੇ ਤਾਂ ਸੀ ਆਹਾ ਉਹਨਾਂ ਨੇ ਆਫੀਸ਼ੀਅਲੀ ਅਨਸਰ ਕੀ ਬੀ ਪਾਈ ਹੋਈ ਹੈ ਤੁਸੀਂ ਕੀ ਕਰਨਾ ਹੈ ਪਹਿਲਾਂ ਇੱਥੇ ਬੀ ਦੀ ਜਗ੍ਹਾ ਤੇ ਇੱਥੇ ਤਾਂ ਏ ਕਰ ਦੇਣਾ ਆ ਜਗ੍ਹਾ ਤੇ ਇੱਥੇ ਤਾਂ ਕੋਈ ਪ੍ਰੋਬਲਮ ਨਹੀਂ ਹੈ ਜਿਹੜਾ ਤੁਹਾਡਾ ਅਨਸਰ ਹੈ ਇੱਥੇ ਆ ਜਾਊਗਾ ਕੈਂਡੀਡੇਟ ਅਨਸਰ ਤੁਸੀਂ ਇੱਥੇ ਦਾ ਕਰ ਦੇਣਾ ਏ ਹੁਣ ਓਬਜੈਕਸ਼ਨ ਲਿਖਣਾ ਆ ਕੀ ਹੈ ਇਹਦੇ 'ਚ ਧਿਆਨ ਰੱਖਣਾ ਮੇਨ ਤੇ ਇਹ ਨਹੀਂ ਲਿਖ ਦੇਣਾ ਕਿ ਅਨਸਰ ਗਲਤ ਸੀਗਾ ਤੁਸੀਂ ਇੱਥੇ ਲਿਖਣਾ ਹੈ ਕਿ ਕਮੈਂਟਸ ਦੇ ਵਿੱਚ ਤੁਸੀਂ ਉਹ ਰੈਫਰੈਂਸ ਦੇਣਾ ਹੈ ਜਿਹੜੀ ਬੁੱਕ ਦੇ ਵਿੱਚੋਂ ਕੁਐਸਚਨ ਸੋਲਵਡ ਮਿਲਿਆ ਤੁਹਾਨੂੰ ਠੀਕ ਹੈ ਜੀ ਬੈਸਟ ਹੈ ਤੁਸੀਂ ਪਹਿਲਾਂ ਕੋਈ ਐ ਜੀ ਐਨਸੀਆਰਟੀ ਦੀ ਬੁੱਕ ਦੇਖੋ ਐਨਸੀਆਰਟੀ ਦੀ ਬੁੱਕ ਜਾਂ ਕੋਈ ਹੋਰ ਰੈਫਰੈਂਸ ਬੁੱਕ ਜਿਹੜੀਆਂ ਵਧੀਆ ਬੁੱਕਸ ਨੇ ਠੀਕ ਹੈ ਦੇਸੀ ਬੁੱਕਸ ਨਹੀਂ ਜੀ ਵਧੀਆ ਬੁੱਕਸ ਉਹਦਾ ਰੈਫਰੈਂਸ ਚੱਕਣਾ ਹੈ ਉਹਦਾ ਤੁਸੀਂ ਇਹਦੇ ਚ ਲਿਖਣਾ ਹੈ ਕਿ ਹਾਂਜੀ ਆਹ ਕੁਐਸਚਨ ਰਾਈਟ ਆਊਟ ਕਿਉਂਕਿ ਇੱਥੇ ਕੁਐਸਚਨ ਦਾ ਤੁਸੀਂ ਸੋਲਵ ਕਰਨ ਤੋਂ ਰਹੇ ਮੈਥ ਵਾਲੇ ਠੀਕ ਹੈ ਚ ਕੁਐਸਚਨ ਸੋਲਵ ਵੀ ਨਹੀਂ ਹੋਣਾ ਜੇ ਕਰ ਸਕਦੇ ਹੋ ਬਹੁਤ ਵਧੀਆ ਗੱਲ ਹੈ ਇੱਥੇ ਕੁਝ ਪਹਿਲਾਂ ਤਾਂ ਤੁਸੀਂ ਮੇਨ ਇਹ ਯੂਜ਼ ਕਰੋ ਕਿ ਤੁਸੀਂ ਰੈਫਰੈਂਸ ਨੰਬਰ ਦੋ ਕਿ ਮੰਨ ਲਓ ਜਿਵੇਂ ਆ ਜਿਹੜਾ ਆ ਕੁਐਸਚਨ ਹੈਗਾ ਮੇਰੇ ਖਿਆਲ ਨਾਲ ਐਨਸੀਆਰਟੀ ਦੇ ਵਿੱਚ ਹੈ ਇਹ ਕੁਐਸਚਨ ਐਨਸੀਆਰਟੀ ਦੀ ਜਿੱਥੋਂ ਤੱਕ ਮੈਨੂੰ ਜ਼ਿਆਦਾ ਯਾਦ ਹੈ ਇਹ 5th ਚੈਪਟਰ ਦੇ ਵਿੱਚ ਇੱਥੇ ਲਿਖ ਦੇਣਾ ਹੈ ਚੈਪਟਰ 5.8 ਕੁਐਸਚਨ ਨੰਬਰ 3rd ਹੈ ਉਹਦੇ ਚੋਂ ਆਪਣੇ ਆਪ ਉਹ ਚੈੱਕ ਕਰ ਲਨਗੇ ਨਾਲ ਲਿਖਣਾ ਬਕਾਇਦਾ ਐਨਸੀਆਰਟੀ ਦੀ +1 ਦੀ ਮੈਥ ਦੀ ਬੁੱਕ ਹੈ ਕਿ +2 ਦੀ ਮੈਥ ਦੀ ਬੁੱਕ ਹੈ ਬੇਟਾ ਆ ਕਮੈਂਟ ਜਰੂਰ ਮੈਂਸ਼ਨ ਕਰਨੇ ਨੇ ਤੇ ਇਹ ਨਹੀਂ ਲਿਖਿਆ ਤਨਾ ਗਲਤ ਆਨਸਰ that is wrong ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਲੱਭੋ ਕਿ ਕੋਈ ਉਹ ਰੈਫਰੈਂਸ ਬੁੱਕ ਦੇ ਵਿੱਚੋਂ ਮਿਲੇ ਰੈਫਰੈਂਸ ਬੁੱਕ ਜ਼ਿਆਦਾਤਰ ਐਨਸੀਆਰਟੀ ਯੂਜ਼ ਕਰੋ ਬੈਸਟ ਹੈ +1 ਤੇ +2 ਲਈ ਐਵੇਂ ਬੀਐਸਸੀ ਲਈ ਕੋਈ ਵਧੀਆ ਆਥਰਜ਼ ਦੀ ਬੁੱਕ ਐਨੀ ਕੋਈ ਦੇਸੀ ਆਥਰਜ਼ ਦੀ ਬੁੱਕ ਚੱਕ ਲਓ ਵਧੀਆ ਆਥਰਜ਼ ਦੀ ਬੁੱਕ ਉਹਦਾ ਤੁਸੀਂ ਪੇਜ ਨੰਬਰ ਜ਼ਰੂਰ ਪਾਣਾ ਹੈ ਕੀ ਮੰਨ ਲਓ 160 ਪੇਜ ਤੇ ਪੰਜਵਾਂ ਕੁਐਸਚਨ ਹੈ ਜੀ ਜਾਂ ਜੇ ਐਵੇਂ ਹੋਵੇ ਜੇ ਮੰਨ ਲਓ ਕੋਈ ਥਿਉਰੈਟिकल ਕੁਐਸਚਨ ਹੈ ਜਿਵੇਂ ਫਿਜ਼ਿਕਸ ਦਾ ਆ ਜਾਂਦਾ ਜਾਂ ਹਿੰਦੀ ਦਾ ਆ ਜਾਂਦਾ ਤਾਂ ਤੁਹਾਨੂੰ ਉਹਦਾ ਜਿਹੜਾ ਆਨਸਰ NCERT ਦੀ ਬੁੱਕ ਚੋਂ ਮਿਲਿਆ ਤਾਂ ਤੁਸੀਂ ਕਹਿੰਨਾ NCERT ਦੀ ਬੁੱਕ ਦੇ ਵਿੱਚ ਚੈਪਟਰ 5 ਦੇ ਵਿੱਚ ਮੰਨ ਲਓ ਚੈਪਟਰ 5 ਹੈ ਪੇਜ 360 ਪੇਜ ਤੇ ਅਬਵ ਉੱਪਰੋਂ ਮੰਨ ਲਓ ਪੰਜਵੀਂ ਲਾਈਨ ਤੇ ਆ ਤੁਸੀਂ ਆ ਸਾਰੀ ਚੀਜ਼ ਉਹਦੇ ਚ ਮੈਂਸ਼ਨ ਕਰਨੀ ਹੈ ਉਹਨਾਂ ਨੇ ਨਹੀਂ ਲੱਭਣ ਮੈਠਣਾ ਤੁਸੀਂ ਉੱਥੇ ਲਿਖੂਗੇ ਬਕਾਇਦਾ ਤਾਂ ਉਹਨਾਂ ਨੇ ਲੱਭਣਾ ਹੁਣ ਜੇ ਤੇ ਇਹਦੇ ਚ ਅਟੈਚਮੈਂਟ ਹੁੰਦੀ ਫਿਰ ਤਾਂ ਤੁਸੀਂ ਫੋਟੋ ਖਿੱਚ ਕੇ ਨਾਲ ਅਟੈਚ ਕਰ ਦਿੰਦੇ ਬਟ ਮੈਂ ਜਿਹੜਾ ਸਰਚ ਕੀਤਾ ਮੈਨੂੰ ਅਟੈਚਮੈਂਟ ਵਰਡ ਨਹੀਂ ਲਿਖਿਆ ਇਸ ਲਈ ਤੁਸੀਂ ਮੈਥਸ ਵਾਲੇ ਜਾਂ ਬਾਕੀ ਸਬਜੈਕਟ ਵਾਲੇ ਵੀ ਜਾਏ ਹਿੰਦੀ ਪੰਜਾਬੀ ਜਿਹੜੀ ਚੀਜ਼ ਦੀ ਵੀ ਆਬਜੈਕਸ਼ਨ ਪਾਣੀ ਹੈ Google ਵਾਲਾ ਕੰਮ ਨਹੀਂ ਕਰਨਾ ਜੀ Google that is wrong ਗੂਗਲ ਤੇ ਪਤਾ ਨਹੀਂ ਕਿੰਨੀਆਂ ਕ ਵੈਬਸਾਈਟਸ ਨੇ ਕਈ ਕੋਚਿੰਗ ਸੈਂਟਰਸ ਨੇ ਕਈ ਕੁਛ ਨੇ ਉਹਨਾਂ ਨੇ ਅਲੱਗ-ਅਲੱਗ ਅਨਸਰਸ ਦਿੱਤੇ ਹੋਣਗੇ ਉੱਥੋਂ ਨਹੀਂ ਰੈਫਰੈਂਸ ਚੱਕਣਾ ਉਹ ਕਦੇ ਵੀ ਵੈਲਿਡ ਪ੍ਰੂਫ ਨਹੀਂ ਮੰਨੇ ਜਾਂਦਾ ਜਿਹੜੀ ਪ੍ਰੋਪਰ ਕਿਸੇ ਬੁੱਕ ਦੇ ਵਿੱਚ ਹੈ ਜਿਹੜੀ ਰੈਫਰੈਂਸ ਬੁੱਕ ਦੇ ਵਿੱਚ ਚੱਕਿਆ ਆਊਗਾ ਉਹ ਚੀਜ਼ ਵੈਲਿਡ ਪ੍ਰੂਫ ਹੋਊਗਾ ਠੀਕ ਹੈ ਬੇਟਾ ਆਹ ਕਮੈਂਟ ਬਾਕਸ ਵੀਰ ਕਹਿ ਰਹੇ ਜੀ ਇਹਨੂੰ ਐਵੇਂ ਫਿਲਪ ਕਰਨਾ ਹੈ ਜੇ ਕਮੈਂਟ ਬਾਕਸ ਤੁਸੀਂ ਗਲਤ ਫਿਲ ਲ ਕੇ ਤਾਂ ਉਹਨਾਂ ਨੇ ਚੈੱਕ ਹੀ ਨਹੀਂ ਕਰਨਾ ਠੀਕ ਹੈ ਬੇਟਾ ਇੱਕ ਵਾਰੀ ਮੇਰੀ ਡਿਊਟੀ ਲੱਗੀ ਸੀ ਇਸ ਦੀ ਅ ਮਤਲਬ ਕਿ ਆਂਸਰ ਕੀਜ਼ ਨੂੰ ਉਹ ਜਿਹੜੀ ਆਬਜੈਕਸ਼ਨਸ ਆਈਆਂ ਸੀ ਉਹਨਾਂ ਨੂੰ ਚੈੱਕ ਕਰਨ ਚਾਹਤ ਕਿ ਮੇਰਾ ਪਰਸਨਲ ਐਕਸਪੀਰੀਅੰਸ ਕਹਿੰਦਾ ਜੀ ਚੈੱਕ ਕੀ ਤਾਂ ਹੁਣੇ ਨੇ ਕਿਉਂਕਿ ਤੁਹਾਨੂੰ ਨੂੰ ਕੀ ਪਤਾ ਕਿ ਹਾਂਜੀ ਤੁਸੀਂ ਉਹਦਾ ਬੀ ਆਂਸਰ ਲਿਖਤਾ ਉਹ ਥੋੜਾ ਕੱਢ ਕੇ ਦੇਖਣਗੇ ਕਿ ਹਾਂ ਵੀ 20 ਕਿਵੇਂ ਆਇਆ ਇਸ ਲਈ ਤੁਸੀਂ ਉੱਥੇ ਪ੍ਰੋਪਰ ਰੀਜ਼ਨਿੰਗ ਦੇਣੀ ਹੈ ਹੁਣ ਦੂਸਰੀ ਗੱਲ ਆਈ ਜੇ ਮੰਨ ਲਓ ਤੁਹਾਨੂੰ ਮੈਥ ਵਾਲੇ ਨੂੰ ਤੁਹਾਨੂੰ ਬੁੱਕ ਦੇ ਵਿੱਚੋਂ ਲੱਭਦਾ ਹੀ ਨਹੀਂ ਕਿਸੇ ਚ ਫਿਰ ਤੁਸੀਂ ਇੱਥੇ ਸੋਲਵ ਕਰ ਦਿਓ ਜਿੰਨਾ ਕ ਸੋਲਵ ਕਰ ਸਕਦੇ ਆ ਆਪਣੇ ਵੱਲੋਂ ਹੁਣ ਜਿਵੇਂ ਇੰਟੀਗਰਲ ਵਾਲਾ ਕੁਐਸਚਨ ਆ ਗਿਆ ਉਹਦਾ ਸੋਲਵ ਹੀ ਨਹੀਂ ਹੋ ਸਕਦਾ ਉੱਥੇ ਤਾਂ ਤੁਹਾਨੂੰ ਰੈਫਰੈਂਸ ਨੰਬਰ ਲੱਭਣਾ ਹੀ ਪੈਣਾ ਹੈ ਜੇ ਫੇਰ ਵੀ ਨਹੀਂ ਲੱਭਦਾ ਰੈਫਰੈਂਸ ਬੁੱਕ ਵੀ ਨਹੀਂ ਲੱਭਦੀ ਨਾ ਤੁਸੀਂ ਉੱਥੇ ਸੋਲਵ ਕਰ ਸਕਦੇ ਫੇਰ ਤਾਂ ਕੋਈ ਹੋਰ ਹਿੱਲਾ ਹੀ ਨਹੀਂ ਹੈ ਫੇਰ ਤਾਂ ਸਿੱਧਾ ਇਹਦੇ ਚ ਇਹੋ ਲਿਖ ਦਿਓ ਕਿ ਹਾਂਜੀ ਉਹਦੇ ਰੀਜ਼ਨ ਨਾਲ ਪਾ ਦਿਓ ਬ੍ਰੈਕਟ ਚ ਭਾਗੇ ਲਿਖ ਦਿਓ ਕਿ ਇਹ ਕੁਐਸਚਨ ਅਪਲੋਡ ਨਹੀਂ ਹੋ ਸਕਦਾ ਬਟ ਮੇਰੇ ਕੋਲ ਇਹਦਾ ਪ੍ਰੂਫ ਹੈ ਲਾਸਟ ਆਪਸ਼ਨ ਹੈ ਬੇਟਾ ਬਟ ਕਨਸੀਡਰ ਘੱਟ ਹੀ ਹੁੰਦੀ ਹੈ ਅਜੀ ਚੀਜ਼ ਜਿਆਦਾ ਬੈਸਟ ਇਹੀ ਹੈ ਤੁਸੀਂ ਰੈਫਰੈਂਸ ਬੁੱਕ ਲੱਭੋ ਠੀਕ ਹੈ ਬੇਟਾ ਉਸ ਤੋਂ ਬਾਅਦ ਕੀ ਕਰਨਾ ਹੈ ਜਦੋਂ ਇਹ ਤੇ ਲਿਖਤਾ ਉਸ ਤੋਂ ਬਾਅਦ ਤੁਸੀਂ ਇੱਥੇ ਐਡ ਤੇ ਕਲਿੱਕ ਕਰਨਾ ਬੇਟਾ ਜਦੋਂ ਐਡ ਤੇ ਕਲਿੱਕ ਕਰੋਗੇ ਇੱਥੇ نیچے ਇੱਕ ਬਾਕਸ ਓਪਨ ਹੋ ਜਾਊਗਾ ਇੱਥੇ نیچے ਇੱਕ ਬਾਕਸ ਬਣ ਕੇ ਆ ਜਾਊਗਾ ਬਲੂ ਕਲਰ ਦਾ ਉਹਦੇ ਚ ਲਿਖਿਆ ਹੋਊਗਾ ਸਾਰੀ ਚੀਜ਼ ਆਈ ਹੋ ਤੁਹਾਡੀ ਐਮੇ ਬਾਕਸ ਬਣਿਆ ਆਊਗਾ ਐਵੇਂ ਅਲੱਗ-ਅਲੱਗ ਉਹਦੇ ਚ ਤੁਹਾਡਾ ਕੁਐਸਚਨ ਨੰਬਰ ਪਾਇਆ ਹੋਊਗਾ ਸਾਰਾ ਕੁਝ ਲਿਖਿਆ ਹੋਊਗਾ ਕਿਹੜੀ ਓਬਜੈਕਸ਼ਨ ਹੈ ਤੇ ਕੀ ਓਬਜੈਕਸ਼ਨ ਹੈ ਇੱਥੇ ਇੱਕ ਵਰਡ ਆਇਆ ਹੋਊਗਾ ਡਿਲੀਟ ਦਾ ਵੀ ਇੱਥੇ ਵਰਡ ਇੱਥੇ ਇੱਕ ਬੇਟਾ ਇੱਕ ਆ ਜਿਹੜਾ ਥੱਲੇ ਆਪਣਾ ਕਰੋਗੇ ਇੱਥੇ ਡਿਲੀਟ ਦੇ ਐਵੇਂ ਐਡ ਬਾਕਸ ਦੇ ਵਿੱਚ ਆ ਲਾਸਟ ਵਾਲੀ ਲਾਈਨ ਇੱਥੇ ਕ ਐਵੇਂ ਕੱਟੀ ਵੀ ਨਹੀਂ ਹੋਊਗੀ ਜੇ ਤੁਹਾਨੂੰ ਤੁਸੀਂ ਗਲਤ ਆਬਜੈਕਸ਼ਨ ਲਾ ਵੀ ਦਿੱਤੀ ਤਾਂ ਡਿਲੀਟ ਬਟਨ ਤੋਂ ਰਿਮੂਵ ਕਰ ਸਕਦੇ ਹੋ ਪਹਿਲਾ ਪਹਿਲਾ ਸਬਮਿਟ ਤੋਂ ਪਹਿਲਾ ਪਹਿਲਾ ਠੀਕ ਹੈ ਬੇਟਾ ਹੁਣ ਤੁਸੀਂ ਇਹਦੇ 'ਚ ਧਿਆਨ ਰੱਖਣਾ ਜਦੋਂ ਇੱਕ ਵਾਰੀ ਐਡ ਕਰੋਗੇ ਐਡ ਕਰਨ ਤੋਂ ਬਾਅਦ ਕੀ ਹੋਣਾ ਬੇਟਾ ਇੱਕ ਇੱਧਰਲੇ ਪਾਸੇ ਤਾਂ ਤੁਹਾਡੇ ਕੋਲ ਜਿਹੜੀ ਆ ਜਗ੍ਹਾ ਤੇ ਜਦੋਂ ਤੁਸੀਂ ਐਡ ਕਰੋਗੇ ਐਡ ਕਰਨ ਤੋਂ ਬਾਅਦ ਇੱਧਰਲੇ ਪਾਸੇ ਤਾਂ ਤੁਹਾਡੇ ਕੋਲ ਇੱਧਰਲੇ ਪਾਸੇ ਮੇਕ ਪੇਮੈਂਟ ਦੀ ਆਪਸ਼ਨ ਆਜੂਗੀ ਇੱਧਰ ਸੇਵ ਦੀ অপਸ਼ਨ ਆਜੂਗੀ ਠੀਕ ਹੈ ਤੁਸੀਂ ਮੇਕ ਪੇਮੈਂਟ ਹਜੇ ਨਹੀਂ ਕਰਨੀ ਮੇਕ ਪੇਮੈਂਟ ਬਾਅਦੋਂ ਐਂਡ ਵਿੱਚ ਕਰਨੀ ਹੈ ਜੀ ਜਦੋਂ ਸਾਰਾ ਕੁਝ ਹੋ ਜਾਵੇ ਸਾਰੀ ਆਬਜੈਕਸ਼ਨਸ ਪੈ ਜਾਣ ਠੀਕ ਹੈ ਜਦੋਂ ਤੁਸੀਂ ਇਹ ਨੂੰ ਐਡ ਕਰੋਗੇ ਨਾ ਬਟਨ ਦਬੋਗੇ ਨੈਕਸਟ ਆਬਜੈਕਸ਼ਨ ਪਾ ਦੀਓ ਫਿਰ ਉਸ ਤੋਂ ਨੈਕਸਟ ਆਬਜੈਕਸ਼ਨ ਚਾਹੇ 10 ਬਾਅਦ ਹੋ ਜਾਏ 15 ਬਾਅਦ ਫੀਸ ਹੋਣੀ ਹੋਵੇ ਬੇਟਾ ਕਿੰਨੀ ਫੀਸ ਹੈ ਮੇਰੇ ਖਿਆਲ ਨਾਲ 50 ਰੁਪਏ ਫੀਸ ਹੈ 50 ਰੁਪਏ ਫੀਸ ਪਹਿਲਾਂ ਸਾਰੀਆਂ ਆਬਜੈਕਸ਼ਨਸ ਪਾਣੀ ਹੈ オブजेक्शन्स पान ਤੋਂ ਬਾਅਦ ਐਡ ਕਰਨ ਤੋਂ ਬਾਅਦ ਸਾਰੀਆਂ ਉਸ ਤੋਂ ਬਾਅਦ ਪੇਮੈਂਟ ਕਰਨੀ ਹੈ ਇੱਥੇ ਮੇਕ ਪੇਮੈਂਟ ਦੀ ਆਪਸ਼ਨ ਆਊਗੀ ਜਦੋਂ ਮੇਕ ਪੇਮੈਂਟ ਦੇ ਕੋ ਅਬਲੀ ਹੋ ਕਰੋਗੇ ਤਾਂ ਤਿੰਨ ਅੱਗੇ ਤਿੰਨ ਚੁਆਇਸੇਸ ਖੁੱਲਣਗੀਆਂ ਇੱਕ ਤਾਂ ਨੈਟ ਬੈਂਕਿੰਗ ਦੀ ਹੋਊਗੀ ਇੱਕ ਹੋਊਗੀ ਤੁਹਾਡੀ ਬਾਇ ਕਾਰਡ ਪੇਮੈਂਟ ਦੇ ਦੁਆਰਾ ਤੁਸੀਂ ਆਹ ਕਾਰਡ ਵਾਲੇ ਤੇ ਜਾਣਾ ਜੀ ਇੱਥੇ ਕਲਿੱਕ ਕਰਦੀਓ ਤਾਂ ਤੁਹਾਨੂੰ ਜਿਹੜੇ ਜਿਹੜੇ ਬੈਂਕ ਦੇ ਕਾਰਡ ਦੀ ਪੇਮੈਂਟ ਕਰਨੀ ਹੈ ਉਹ ਬੈਂਕ ਦੀ ਵੈਬਸਾਈਟ ਸਾਈਟ ਤੇ ਚਲੇ ਜਾਊਗੇ ਤੁਸੀਂ ਪੇਮੈਂਟ ਕਰਦੀਆਂ ਪੇਮੈਂਟ ਕਰਨ ਤੋਂ ਬਾਅਦ ਇੱਕ نیچے ਆ ਜਿੱਥੇ ਜਿੱਥੇ ਇੱਥੇ ਤੁਹਾਡੀ ਆਬਜੈਕਸ਼ਨਸ ਆਣੀ ਹੈ ਇੱਥੇ ਜਿੰਨੀਆਂ ਵੀ ਆਬਜੈਕਸ਼ਨਸ ਨੇ ਉਹ ਜਿਹੜੀਆਂ ਆਈਆਂ ਹੋਣਗੀਆਂ ਥੱਲੇ ਭਰੀਆਂ ਆਉਣਗੀਆਂ ਤੁਸੀਂ ਉਸ ਦੇ نیچے ਇੱਕ ਬਟਨ ਆਊਗਾ ਫਾਈਨਲ ਸਬਮਿਟ ਦਾ ਉਹ ਫਾਈਨਲ ਸਬਮਿਟ ਤੇ ਕਲਿੱਕ ਕਰ ਦੇਣਾ ਤੁਹਾਡੀਆਂ ਸਾਰੀਆਂ ਆਬਜੈਕਸ਼ਨ ਸਬਮਿਟ ਹੋ ਜਾਣੀਆਂ ਬੇਟਾ ਉਸ ਤੋਂ ਬਾਅਦ ਕੋਈ ਆਬਜੈਕਸ਼ਨ ਸਬਮਿਟ ਨਹੀਂ ਹੋ ਸਕਦੀ ਤੁਹਾਡੇ ਬਿਹਫ ਤੋਂ ਕਿਸੇ ਹੋਰ ਦੇ ਬਿਹਫ ਤੋਂ ਚਾਹੇ ਹੋ ਜੇ ਤੁਹਾਡੇ ਬਿਹਫ ਤੋਂ ਬਾਅਦ ਇੱਕ ਵਾਰੀ ਫਾਈਨਲ ਸਬਮਿਟ ਹੋ ਗਿਆ ਫੇਰ ਨਹੀਂ ਹੋਣੀ ਇਸ ਲਈ ਪਹਿਲਾ ਸਾਰੀਆਂ ਆਬਜੈਕਸ਼ਨਸ ਕਲੈਕਟ ਕਰ ਲਓ ਮੇਰੇ ਖਿਆਲ ਨਾਲ ਸ਼ਾਇਦ 15 ਤਰੀਕ ক্লাস ਡੇਟ ਹੈ ਕੱਲ ਦਾ ਦਿਨ ਪਈ ਹੈ ਆਬਜੈਕਸ਼ਨ ਸਾਰੀਆਂ ਕਲੈਕਟ ਕਰ ਲਓ ਮਤਲਬ 10 11 ਵਜੇ ਤੱਕ ਜਾਂ ਅੱਜ ਤੱਕ ਸਾਰੀ ਆਬਜੈਕਸ਼ਨਸ ਕਲੈਕਟ ਕਰਕੇ ਕੱਲ ਭਰ ਕੇ ਕੱਲ ਹੀ ਪੇਮੈਂਟ ਕਰ ਦਿਓ ਠੀਕ ਹੈ ਬਟ ਆ ਫੇਰ ਇਕਵਲਡ ਮੈਂ ਦਵਾਰਤੀ ਯੂਜ਼ ਕਰਦਾ ਬਿਆ ਕਿ ਆਬਜੈਕਸ਼ਨ ਤਾਦੀ ਵੈਲੀਡੇਟ ਹੈ ਜੇ ਤੁਸੀਂ ਆ ਕੈਂਡੀਡੇਟ ਕਮੈਂਟਸ ਦੇ ਵਿੱਚ ਇਹ ਨਹੀਂ ਲਿਖਣਾ ਜਿਹੜਾ ਮੈਂ ਲਿਖਦਾ ਹੁੰਦਾ ਸੀਗਾ ਰੋਂਗ ਆਨਸਰ ਇਜ਼ ਅ ਰੋਂਗ ਆਨਸਰ ਕੀ ਇਜ਼ 기ਵਨ ਦੈਟ ਇਜ਼ ਰੋਂਗ ਵਰਡ ਇਹਦੀ ਜਗ੍ਹਾ ਤੇ ਤੁਸੀਂ ਰੈਫਰੈਂਸ ਬੁੱਕ ਨੰਬਰ ਪਾਣਾ ਹੈ ਕਿ ਮੈਂ ਐਨਸੀਆਰਟੀ ਦੇ ਆ ਪੇਜ ਜਾਂ ਆ ਲਾਈਨ ਦੇ ਵਿੱਚੋਂ ਆਹ ਆਹ ਦੇਖੋ ਜੀ ਆਹ ਲਾਈਨ 'ਚ ਲਿਖਿਆ ਹੋਇਆ ਆ ਲਾਈਨ ਗੂਗਲ ਦਾ ਸਹਾਰਾ ਕਦੇ ਨਹੀਂ ਲੈਣਾ ਉਹ ਐਂਡ 'ਚ ਲੈਣਾ ਜੇ ਕੁਝ ਨਹੀਂ ਮਿਲਿਆ ਗੂਗਲ ਦਾ ਸਹਾਰਾ ਲੈ ਲਓ ਬਟ ਉਹ ਜਿਆਦਾ ਵਧੀਆ ਪ੍ਰੂਫ ਨਹੀਂ ਗਿਣਿਆ ਜਾਂਦਾ ਆਈ ਹੋਪ ਸਾਨੂੰ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਗਿਆ ਹੋਊਗਾ ਫੇਰ ਵੀ ਜੇ ਕੋਈ ਪ੍ਰੋਬਲਮ ਆਉਂਦੀ ਹੈ ਜੀ ਮੈਨੂੰ ਕਮੈਂਟ ਬਾਕਸ 'ਚ ਮੈਸੇਜ ਕਰੋ ਮੈਂ ਵੱਧ ਤੋਂ ਵੱਧ ਰਿਪਲਾਈ ਕਰਨ ਦੀ ਕੋਸ਼ਿਸ਼ ਕਰੂੰਗਾ ਠੀਕ ਹੈ ਜੀ ਚਲੋ ਸਾਰਿਆਂ ਨੂੰ 올 ਦੀ ਵੈਰੀ ਬੈਸਟ ਥੈਂਕ ਯੂ ਤੇ ਜਿਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਜੀ ਤੇ ਲਾਈਕ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਬੇਟਾ ਠੀਕ ਹੈ ਜੀ